16 ਜੁਲਾਈ ਨੂੰ ਦੁਨੀਆ ਭਰ ਦੇ ਵਿੱਚ ਵਸਦੀ ਸਿੱਖ ਕੌਮ ਨੇ ਮੀਰੀ ਪੀਰੀ ਦਿਹਾੜਾ ਮਨਾਇਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੰਦਿਆਂ ਸ਼ਸਤਰਧਾਰੀ ਹੋਣ ਦਾ ਸੁਨੇਹਾ ਵੀ ਦਿੱਤਾ। ਅੱਜ ਦੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰਕੇ ਸਿੱਖਾਂ ਨੂੰ ਇਹ ਵੱਖਰਾ ਸਿਧਾਂਤ ਬਖਸ਼ਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਗਮ ਦੌਰਾਨ ਰਾਗੀ ਜਥਿਆਂ ਨੇ ਸ਼ਬਦ ਕੀਰਤਨ ਗਾਇਨ ਕੀਤਾ ਤੇ ਗੁਰੂ ਸਾਹਿਬ ਦੀਆਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਦੇ ਦਰਸ਼ਨ ਵੀ ਕਰਵਾਏ। ਜਥੇਦਾਰ ਸਾਹਿਬ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਅਸੀਂ ਰਾਜ ਭਾਗ ਦੇ ਮਾਲਕ ਬਣਨਾ ਹੈ ਤਾਂ ਸ਼ਸਤਰਧਾਰੀ ਹੋਣਾ ਪਵੇਗਾ, ਰਾਜ ਲੈਣਾ ਤਾਂ ਸ਼ਸਤਰ ਧਾਰਨ ਕਰਨਾ ਹੀ ਪਵੇਗਾ। ਖਾਲਸਾ ਪੰਥ ਨੂੰ ਅੰਮ੍ਰਿਤਧਾਰੀ ਹੋਣ ਦਾ ਵੀ ਸੁਨੇਹਾ ਜਥੇਦਾਰ ਨੇ ਕਿਹਾ ਤੇ ਇਹ ਵੀ ਕਿਹਾ ਕਿ ਜੋ ਕੌਮ ਪ੍ਰਚਾਰਕਾਂ ਦਾ ਸਤਿਕਾਰ ਨਹੀਂ ਕਰਦੀ ਉਹ ਕੌਮ ਕਦੇ ਤਰੱਕੀ ਨਹੀਂ ਕਰ ਸਕਦੀ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਦੇ ਕੇ ਇੱਕ ਸੰਕੇਤਕ ਤੌਰ ਤੇ ਸਿਧਾਂਤ ਦਿੱਤਾ ਸੀ। ਪੰਥ ਨੂੰ ਜਿਹੜਾ ਹੈਗਾ ਭਗਤੀ ਅਤੇ ਸ਼ਕਤੀ ਦਾ ਸੰਕਲਪ ਨਾਲ ਹੀ ਦੋ ਨਿਸ਼ਾਨ ਸਾਹਿਬ ਵੀ ਮੀਰੀ ਪੀਰੀ ਦੇ ਝੁਲਾਏ ਸੀ, ਜਿਹੜੇ ਅੱਜ ਵੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਝੂਲਦੇ ਨੇ। ਧਰਮ ਦਾ ਨਿਸ਼ਾਨ ਸਾਹਿਬ 101 ਫੁੱਟ ਹੈ ਤੇ ਰਾਜਨੀਤੀ ਵਾਲਾ ਯਾਨੀ ਕਿ ਜਿਹੜਾ ਮੀਰੀ ਤੇ ਪੀਰੀ ਦੇ ਜਿਹੜੇ ਦੋ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਵਿੱਚੋਂ ਧਰਮ ਵਾਲਾ 101 ਫੁੱਟ ਹੈ ਤੇ ਸਿਆਸਤ ਵਾਲਾ 100 ਫੁੱਟ ਦਾ ਯਾਨੀ ਕਿ 1 ਫੁੱਟ ਉੱਚਾ ਧਰਮ ਵਾਲਾ। ਇਹ ਦਰਸਾਉਂਦਾ ਕਿ ਧਰਮ ਹਮੇਸ਼ਾ ਰਾਜਨੀਤੀ ਤੋਂ ਉੱਪਰ ਰਹੇਗਾ ਜਾਂ ਕਹਿ ਸਕਦੇ ਹਾਂ ਕਿ ਸਿਆਸਤ ਹਮੇਸ਼ਾ ਧਰਮ ਦੇ ਪ੍ਰਭਾਵ ਅਧੀਨ ਹੀ ਸਿੱਖ ਕਰਨਗੇ। ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਮੀਰੀ ਅਤੇ ਪੀਰੀ ਦਾ ਬਹੁਤ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਕਿ ਜਿੱਥੇ ਸਿੱਖ ਰਾਜ ਭਾਗ ਦਾ ਮਾਲਕ ਬਣੇ, ਜਿੱਥੇ ਸਿੱਖ ਵੱਡੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹੋਵੇ, ਉੱਥੇ ਸਿੱਖ ਕਦੇ ਵੀ ਆਪਣੇ ਗੁਰੂ ਦਾ ਪੱਲਾ ਨਾ ਛੱਡੇ, ਅਧਿਆਤਮਿਕਤਾ ਦਾ ਪੱਲਾ ਨਾ ਛੱਡੇ, ਆਪਣੇ ਮਨ ਵਿੱਚੋਂ ਕਦੇ ਵੀ ਉਸ ਦਾਤੇ ਨੂੰ ਉਸ ਪਰਮੇਸ਼ਵਰ ਨੂੰ ਵਿਸਾਰੇ ਨਾ। ਆਪਣੇ ਮਨ ਵਿੱਚ ਇਹ ਭੈਅ ਰੱਖ ਕੇ ਚੱਲੇ ਕਿ ਜੇਕਰ ਮੇਰੇ ਕੋਲ ਅੱਜ ਬਾਦਸ਼ਾਹਤ ਹੈ ਤੇ ਇਹ ਕੇਵਲ ਪਰਮੇਸ਼ਵਰ ਦੀ ਕਿਰਪਾ ਨਾਲ ਹੈ, ਕੇਵਲ ਗੁਰੂ ਦੀ ਕਿਰਪਾ ਨਾਲ ਹੈ। ਜੇਕਰ ਗੁਰੂ ਦੀ ਕਿਰਪਾ ਨਹੀਂ ਹੋਏਗੀ ਤਾਂ ਸਾਡੇ ਕੋਲ ਗੁਰਮੁਖੋ ਰਾਜ ਭਾਗ ਬਾਦਸ਼ਾਹਤ ਵੀ ਨਹੀਂ ਰਹੇਗੀ। ਜਿੱਥੇ ਅੱਜ ਸਤਿਗੁਰੂ ਤਖਤ ਤੇ ਬਿਰਾਜਮਾਨ ਹੋਏ, ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਸਾਨੂੰ ਇੱਕ ਪਾਵਨ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ, ਉੱਥੇ ਅੱਜ ਦੇ ਦਿਨ ਮੀਰੀ ਪੀਰ ਦੇ ਮਾਲਕ ਨੇ ਆਪ ਕਿਰਪਾਨਾਂ ਧਾਰਨ ਕੀਤੀਆਂ ਤੇ ਸਮੁੱਚੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਵੀ ਜਾਰੀ ਕੀਤੇ ਸਨ ਕਿ ਸਮੁੱਚੇ ਸਿੱਖ ਸ਼ਸਤਰਧਾਰੀ ਹੋਣ। ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਵੀ ਉਸ ਦਿਨ ਆਪਣੇ ਗਾਤਰੇ ਕਿਰਪਾਨਾਂ ਧਾਰਨ ਕੀਤੀਆਂ ਸਨ। ਜਦੋਂ ਆਪ ਜੀ ਦਰਸ਼ਨ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਆਉਂਦੇ ਹੋ, ਹਰ ਰੋਜ਼ ਸ਼ਾਮ ਨੂੰ ਦਰਸ਼ਨ ਕਰਵਾਏ ਜਾਂਦੇ ਨੇ ਪਾਵਨ ਸ਼ਸਤਰਾਂ ਦੇ, ਜਿੱਥੇ ਆਪ ਜੀ ਸਤਿਗੁਰਾਂ ਦੇ ਜੋ ਸ਼ਸਤਰ ਨੇ ਉਹਨਾਂ ਦੇ ਦਰਸ਼ਨ ਕਰਦੇ ਹੋ, ਸ਼ਹੀਦ ਸਿੰਘਾਂ ਦੇ ਸ਼ਸਤਰ ਦਰਸ਼ਨ ਕਰਦੇ ਹੋ,